जशाया 59 असी उहदी 16 आए प्रभु दे वचन चो पढ़ांगे। हां जी, ओने वेख्या भई कोई मनुख नहीं ओ दंग रह गया भई कोई विचोला है ही नहीं। तां ओदी पूजा यानी कि ओदी बाह ने, हां जी, उस लई बचाओ कीता अते ओदे धर्म ने ही उस नु संभालिया। हालेलुया। ਤੁਸੀਂ ਸਭ ਬੈਠ ਸਕਦੇ ਹੋ। ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਦਾ ਵਚਨ ਖੁੱਲ੍ਹਦਾ ਹੈ ਇਹ ਜ਼ਿੰਦਗੀਆਂ ਨੂੰ ਖੋਲ੍ਹਦਾ ਹੈ। ਕੋਈ ਚੀਜ਼ ਨਹੀਂ ਆ ਤੁਹਾਡੀ ਜ਼ਿੰਦਗੀ ਨੂੰ ਖੋਲ੍ਹ ਸਕੇ। ਸਿਰਫ ਪਰਮੇਸ਼ੁਰ ਦਾ ਵਚਨ ਹੈ ਜਦੋਂ ਜ਼ਿੰਦਗੀਆਂ ਨੂੰ ਖੁੱਲ੍ਹਦਾ। ਹਾਲੇਲੂਇਆ। ਤੁਸੀਂ ਦੇਖਦੇ ਹਾਂ ਕਿ ਸਾਡੇ ਦਿਨਾਂ 'ਚ ਜਦੋਂ ਵਚਨ ਖੁੱਲ੍ਹਿਆ ਅਤੇ ਵਚਨ ਸਾਡੇ ਯੁੱਗ ਦੇ ਨਬੀ 'ਤੇ ਪ੍ਰਗਟ ਹੋਇਆ। ਆਮੇਨ। ਜਦੋਂ ਵਚਨ ਪ੍ਰਗਟ ਹੋਇਆ ਅਤੇ ਵਚਨ ਨੇ ਜ਼ਿੰਦਗੀਆਂ ਨੂੰ ਖੋਲ੍ਹਣਾ ਸ਼ੁਰੂ ਕੀਤਾ। ਹਾਲੇਲੂਇਆ। ਜਦੋਂ ਮੋਹਰਾਂ ਖੁੱਲ੍ਹੀਆਂ ਤਾਂ ਬਹੁਤ ਮਹਾਨ ਭੇਤ ਖੁੱਲ੍ਹੇ ਜਿਹੜੇ ਲੰਬੇ ਸਮਿਆਂ ਤੋਂ ਹੀ ਲਾ ਲਓ ਬੰਦ ਸੀਗੇ। ਆਮੇਨ। ਪਰਮੇਸ਼ੁਰ ਆਪਣੇ ਦਾਸਾਂ ਅਰਥਾਤ ਨਬੀਆਂ 'ਤੇ ਆਪਣਾ ਵਚਨ ਪ੍ਰਗਟ ਕਰਦਾ ਹੈ। ਇਸ ਤੋਂ ਇਲਾਵਾ ਉਹਦਾ ਹੋਰ ਕੋਈ ਤਰੀਕਾ ਨਹੀਂ ਹੈਗਾ। ਔਰ ਜਦੋਂ ਪਰਮੇਸ਼ੁਰ ਆਪਣਾ ਵਚਨ ਪ੍ਰਗਟ ਕਰਦਾ ਆ ਉਹ ਬੰਦਾ ਕਿਸੇ ਬਾਈਬਲ ਕਾਲਜ 'ਚੋਂ ਨਹੀਂ ਹੁੰਦਾ। ਉਹ ਬੰਦਾ ਸਧਾਰਨ ਜਿਹਾ ਹੁੰਦਾ ਹੈ। ਉਹ ਬੰਦਾ ਨਾ ਪਸੰਦ ਕੀਤਾ ਜਾਣ ਵਾਲਾ ਹੁੰਦਾ ਹੈ। ਪਰਮੇਸ਼ੁਰ ਸਦਾ ਹੀ ਸਧਾਰਨਤਾ ਦੇ ਵਿੱਚ ਗੁਪਤ ਆ ਅਤੇ ਪ੍ਰਗਟ ਆ। ਹਾਲੇਲੂਇਆ। ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਦਾ ਵਚਨ ਜਦੋਂ ਪ੍ਰਗਟ ਹੁੰਦਾ ਹੈ ਉਹ ਬਹੁਤ ਸਧਾਰਨ ਤਰੀਕੇ ਨਾਲ ਪ੍ਰਗਟ ਹੁੰਦਾ ਆ। ਔਰ ਜਦੋਂ ਪ੍ਰਭੂ ਆਪਣੇ ਵਚਨ ਨੂੰ ਲੁਕਾਉਂਦਾ ਆ ਉਹ ਵੀ ਬੜੇ ਸਾਦੇ ਤਰੀਕੇ ਨਾਲ ਲੁਕਾਉਂਦਾ। ਸਭ ਤੋਂ ਪਰਮੇਸ਼ੁਰ ਦਾ ਭੁਲੇਖੇ 'ਚ ਪਾਉਣ ਵਾਲਾ ਦੁਨੀਆਂ ਨੂੰ ਜਿਹੜੇ ਚੁਣੇ ਹੋਏ ਨਹੀਂ ਆ ਪਰਮੇਸ਼ੁਰ ਉਹਨਾਂ ਕੋਲ ਸਦਾ ਹੀ ਆਪਣਾ ਵਚਨ ਲੁਕਾਉਂਦਾ ਆ। ਉਹ ਪੜ੍ਹੇ ਲਿਖੇ ਹੋ ਸਕਦੇ ਆ, ਵਿਗਿਆਨੀ ਹੋ ਸਕਦੇ ਆ, ਉਹ ਬਾਈਬਲ ਪੜ੍ਹਨ ਵਾਲੇ ਹੋ ਸਕਦੇ ਆ, ਬਾਈਬਲ ਸਕਾਲਰ ਹੋ ਸਕਦੇ ਆ, ਬਾਈਬਲ ਕਾਲਜ ਦੇ ਪ੍ਰਿੰਸੀਪਲ ਬਾਈਬਲ ਸਿਖਾਉਣ ਵਾਲੇ ਹੋ ਸਕਦੇ ਆ, ਲੇਕਿਨ ਪਰਮੇਸ਼ੁਰ ਆਪਣਾ ਵਚਨ ਸਦਾ ਹੀ ਸਧਾਰਨ ਲੋਕਾਂ 'ਤੇ ਪ੍ਰਗਟ ਕਰਦਾ ਹੈ। ਆਮੇਨ। ਜਦੋਂ ਦੀ ਪਹਿਲੀ ਆਮਦ ਹੋਈ ਤੇ ਉਸਨੇ ਆਪਣਾ ਵਚਨ ਜਿਹੜਾ ਆ ਜਦ ਯਿਸੂ ਮਸੀਹ ਪੈਦਾ ਹੋਇਆ ਤੇ ਦੂਤ ਪਿਲਾਤੂਸ ਉਹਨਾਂ ਦੇ ਕੋਲ, ਹੈਰੋਦੀਸ ਉਹਨਾਂ ਦੇ ਕੋਲ, ਯਾਜਕਾਂ ਦੇ ਕੋਲ ਨਹੀਂ ਗਿਆ। ਉਸਨੇ ਬਹੁਤ ਵੱਡੇ ਵੱਡੇ ਅਹੁਦੇ ਵਾਲੇ ਛੰਡ ਦਿੱਤੇ, ਉਹਨੇ ਰੱਦ ਕਰ ਦਿੱਤੇ। ਉਹ ਰੜ ਵਿੱਚ ਭੇਡਾਂ ਚਾਰਨ ਵਾਲੇ ਅਜਾਲੀਆਂ ਦੇ ਉੱਤੇ ਉਤਰ ਗਿਆ। ਹਾਲੇਲੂਇਆ। ਆਮੇਨ। ਤੁਸੀਂ ਪ੍ਰਭੂ ਨੂੰ ਲੱਭ ਨਹੀਂ ਸਕਦੇ, ਤੁਸੀਂ ਆਪਣੀ ਕੋਸ਼ਿਸ਼ ਨਾਲ ਉਹਨੂੰ ਜਾਣ ਨਹੀਂ ਸਕਦੇ, ਤੁਸੀਂ ਆਪਣੀ ਪੜ੍ਹਾਈ ਵਿੱਦਿਆ ਦੇ ਨਾਲ ਉਹਨੂੰ ਜਾਣ ਨਹੀਂ ਸਕਦੇ ਜਦ ਤੱਕ ਉਹ ਆਪਣੇ ਆਪ ਨੂੰ ਕਿਸੇ ਦੇ ਪ੍ਰਗਟ ਨਾ ਕਰੇ। ਕੋਈ ਉਹਨੂੰ ਆਪਣੀਆਂ ਯੋਜਨਾਵਾਂ ਆਪਣੇ ਧੱਕੇ ਨਾਲ ਨਹੀਂ ਲੱਭ ਸਕਦਾ। ਇਸ ਲਈ ਪਰਮੇਸ਼ੁਰ ਦੀ ਸੇਵਕਾਈ ਬਿਨਾਂ ਉਹਦੀ ਮਰਜ਼ੀ ਤੋਂ ਕਦੀ ਨਹੀਂ ਕਰਨੀ ਚਾਹੀਦੀ। ਹਾਲੇਲੂਇਆ। ਆਮੇਨ। ਅਸੀਂ ਪ੍ਰਭੂ ਦੇ ਵਚਨ 'ਚੋਂ ਪੜ੍ਹਿਆ ਹੈ ਜਸ਼ਾਇਆ 59 ਦੀ 16 ਆਇਤ। ਉਹਨਾਂ ਦਿਨਾਂ 'ਚ ਸਾਰਾ ਸੰਸਾਰ ਪਾਪ ਵਿੱਚ ਚਲਾ ਗਿਆ। ਇੱਥੋਂ ਤੱਕ ਯਾਜਕ ਵੀ ਚਲੇ ਗਏ। ਕੋਈ ਬਾਈਬਲ 'ਚ ਲਿਖਿਆ ਵਿਚੋਲਾ ਨਹੀਂ ਸੀ, ਕੋਈ ਹਾਮੀ ਭਰਨ ਵਾਲਾ ਨਹੀਂ ਸੀ, ਕੋਈ ਉੱਥੇ ਪਾਪੀਆਂ ਨੂੰ, ਮਨੁੱਖਤਾ ਨੂੰ
परमेश्वर दे नाल जोड़न वाला नहीं सीगा। कोई निशा कोई नहीं सी कि जेड़ा इन्ना पवित्र होवे। तुसी जो पढ़ के देखो जिशाया 59 उपरों उत्थे लिखिया परमेश्वर दा हाथ छोटा नहीं कि बचावे ना, पर साडियां बदियां दे कारण ओदे ते साडे विच की पई होई है, खड पई होई है। शुरू तो पढ़ांगे जिशाया 59 शाबाश। वेख यहोवा दा हाथ छोटा नहीं, पढ़ांगे वो बचा नहीं सकता, ओदा हाथ छोटा नहीं है, वो बचाउन दी शक्ति रखदा है पर बचा क्यों नहीं रहा। पढ़ांगे ओदे कान पड़दा नहीं पाटा, ओदा ओदे प्रॉब्लम नहीं की कोई कन्ना च पियो आवाज नहीं सुनदा, पर सुनदा होया भी नहीं सुनदा, ओदा कारण की है अगली आयत च दस्या पढ़ांगे। हां जी सगो तुहाडियां बदियां ने तुहाडे ते ओदे विच की पाई आ, तुहाडे परमेश्वर विच जुदाई पाती, जुदाई पाती आ, खड पाती आ। भाई किन्ना ने बदियां ने प्रभु दा हाथ छोटा नहीं आ के बचावे ना, प्रभु दे कान भारी नहीं आ के सुने ना। पर याद रखो ओ सुनदा होया भी नहीं सुन रहा, बचांदा होया भी उना दिना च बचा नहीं सी रहा। की कारण सी? उथे पोथियां नहीं सी कि उथे नबी नहीं सी कि उथे सब कुछ है नहीं सी कि उथे व्यवस्था नहीं सी, पर की है नहीं सी उथे, उथे बदी सी। की सीगा उथे? उथे पवित्रता ही है नहीं सी, पर परमेश्वर ते पवित्र है। हालेलुया, परमेश्वर पवित्र है। इसराइली मार कादे तो खांदे रहे, अग दे खंबे तो नहीं। अपने दिना चलाओ साहब कि साडे कोल मैसेज नहीं है, लोकां दे जिलता नहीं चाड़ियां, बहुत सारे ने जिलता चाड़ के रखियां और कल्ले कल्ले पेज उत्ते निशानी ला के रखी है और बहुत सांभिया वा शीशे दिया अलमारियां और उन्हां नूं कट्टा नहीं पहन दिंदे और कहिंदे आ इहनूं छेड़ियो ना, मेरा पर्सनल आ। कि ये चीजां यीशु मसीह दे दिनां च है नहीं सी, कि उत्थे नबी नहीं सीगे, कि इसराइल दे कोल सदा अग दा खंबा नहीं रहा, कि शकैना ग्लोरी पर्दे दे पिछे नहीं सी उतरदी, कि उत्थे याजक नहीं सन, कि उत्थे याजकां दीआं वर्दियां नहीं सन, कि उत्थे भेंटां नहीं सी चढ़दीआं, कि उत्थे सब कुछ वचन दे अनुसार लिखतां दे अनुसार लाइन च नहीं सी जा रहा, पर मार कादे तो खांदे सी, चरित्र तो पवित्रता ही तो। आमीन। सदा ही बंदा इहदे तो मार खांदा है और तुहानूं उह लिखतां विखाड़ के संतुष्ट करी जाऊगा। ठीक है, लिखता बखाली जाऊगा, संतुष्ट करी जाऊगा, क्योंकि हर एक बंदे नूं अपना पाप लुकाउणा आउंदा आ लिखत विच्चों। जिहड़ा जाणदा जिहड़ा माहिर आ लिखतां दा ओह घुमा सकदा आ, लेकिन प्रभु दा धन्नवाद दाऊद वर्गे राजे वास्ते ओहदा मन बड़ा सिद्धा सी, उहने अपने पापां नूं कबूल कर लिया और डिग पिया परमेश्वर दे सामने और जबूरा नूं लिखण डह पिया। बहुत सारे जबूरा च उन्हें गलतियां मनिया, प्रभु दा धन्नवाद होवे। वचन दे सामने फिलोसफी ना झाड़ो, जे बदी है ते बदी है। ओके, हालेलुया। बाइबल च लिखिया कि उन्हां दिनां च 16वीं आयत लिखिया कोई भी विचोला नहीं सीगा, किसे च दम है नहीं सीगा कि कोई पवित्रताई दी गल करे, क्योंकि जिन्ना करनी सी वो ते आप फसे सीगे। 16वीं आयत दोबारा पढ़ांगे शाबाश। ओने वेख्या शाबाश, भाई कोई मनुख है ही नहीं, दंग रह गया, वो दंग रह गया, प्रभु दंग रह गया, भाई कोई विचोला है ही नहीं जेड़ा प्रभु दे नाल लोकां नूं मिला सके। ओके, हां जी, ओदी पुजा ने उस लई बचाओ कीता, उस लई बचाओ कीता,
ਉਹਦੇ ਧਰਮ ਨੇ ਹੀ ਉਹਨੂੰ ਸੰਭਾਲਿਆ। ਆਮੇਨ, ਹਾਲੇਲੂਯਾ। ਜਦੋਂ ਸਾਡਾ ਨੈਟ ਖਤਮ ਹੋ ਜਾਏ ਅਸੀਂ ਵਾਈਫਾਈ ਆਨ ਕਰਦੇ ਹਾਂ, ਮਤਲਬ ਅਸੀਂ ਸਹਾਇਤਾ ਲੈਨੇ ਆ, ਸਾਡਾ ਟੁੱਟਾ ਹੋਇਆ ਰਿਸ਼ਤਾ ਜੁੜ ਜਾਂਦਾ ਆ। ਉਧਰ ਹੌਟਸਪੌਟ ਹੁੰਦਾ ਆ, ਮਤਲਬ ਦੋ ਫਿਰ ਮੋਬਾਈਲ ਚਾਹੀਦੇ ਆ। ਜੇ ਇੱਕ ਦਾ ਡਾਟਾ ਖਤਮ ਆ, ਦੂਜਾ ਉਹਦੀ ਸਹਾਇਤਾ ਕਰੇ, ਤੇ ਜੇ ਕੋਈ ਵੀ ਨਹੀਂ ਅਲੱਗੇ ਤੇ ਇੱਦਾਂ ਹੀ ਪਿਆ ਰਹੇਗਾ। ਕਲਾਮ ਚ ਲਿਖਿਆ ਬਦੀਆਂ ਤੇ ਬਦੀਆਂ ਲੋਕ ਕਰ ਰਹੇ ਸਨ, ਯਾਜਕ ਵੀ ਪਵਿੱਤਰਤਾਈ ਦੇ ਵਿੱਚ ਨਹੀਂ ਸੀਗੇ, ਜਿੱਦਾਂ ਮੈਂ ਪਿਛਲੇ ਦਿਨਾਂ 'ਚ ਪ੍ਰਚਾਰ ਕੀਤਾ ਕਿ ਉਹਨਾਂ ਨੇ ਪਸਾਹ ਦਾ ਪਰਬ ਰੋਕਿਆ ਸੀ, ਕਿਉਂਕਿ ਪਸਾਹ ਦਾ ਪਰਬ ਜਿਹੜਾ ਆ ਉਹ ਜ਼ਿਆਦਾ ਚੁੱਭਦਾ ਸੀ ਉਹਨਾਂ ਨੂੰ। ਪਤਾ ਕਿਉਂ ਚੁੱਭਦਾ ਸੀ? ਕਿਉਂਕਿ ਉੱਥੇ ਪਵਿੱਤਰਤਾ ਚਾਹੀਦੀ ਸੀ, ਔਰ ਬਿਨਾਂ ਪਵਿੱਤਰਤਾਈ ਤੋਂ ਹੀ ਸਾਰਾ ਕੁਛ ਸਾਰਾ ਚੱਲੀ ਜਾ ਰਿਹਾ ਸੀ। ਜਦੋਂ ਪਸਾਹ ਦੇ ਪਰਬ ਦੀ ਲੇਲੇ ਦੀ ਗੱਲ ਆਉਂਦੀ ਸੀ, ਉੱਥੇ ਲਿਖਿਆ ਯਾਜਕਾਂ ਨੂੰ ਪਵਿੱਤਰ ਹੋਣਾ ਪੈਂਦਾ ਸੀ। ਬੰਦਾ ਦਾਨ ਦੇ ਸਕਦਾ ਜੇ, ਬੰਦਾ ਕਨਵੈਨਸ਼ਨ ਸਾਰੀ ਕਰਵਾ ਸਕਦਾ ਜੇ, ਬੰਦਾ ਸਵੇਰ ਦਾ ਖਾਣਾ, ਸਵੇਰ ਦੀ ਚਾਹ ਮੇਰੀ ਫਲਾਣਾ ਕੁਝ ਕਰ ਸਕਦਾ ਜੇ, ਲਾਈਟਾਂ ਲਵਾ ਸਕਦਾ, ਸਾਊਂਡ ਲਵਾ ਸਕਦਾ, ਲੇਕਿਨ ਪਵਿੱਤਰ ਰਹਿਣਾ ਬੜਾ ਔਖਾ ਆ। ਵਧੀਆ ਸੀ ਬਦੀ ਤੁਹਾਡੀ ਕੋਈ ਨਹੀਂ ਜਾਣ ਸਕਦਾ ਸਿਵਾਏ ਖੁਦਾ ਤੋਂ। ਆਮੇਨ। ਔਰਤਾਂ ਦੇ ਪਿੱਛੇ ਜਾਣਾ, ਲੜਕੀਆਂ ਦੇ ਪਿੱਛੇ ਜਾਣਾ, ਔਰ ਇੱਧਰ ਉੱਧਰ ਹੋ ਕੇ ਸਭ ਕੰਮ ਕਰਨੇ, ਕੋਈ ਨਹੀਂ ਜਾਣ ਸਕਦਾ ਜਿੰਨਾ ਚਿਰ ਖੁਦਾ ਹੀ ਰਾਖੀ ਨਾ ਕਰੇ। ਰਾਖੇ ਦਾ ਜਾਗਣਾ ਵਿਅਰਥ ਆ। ਤੁਸੀਂ ਜਿੰਨਾ ਮਰਜ਼ੀ ਬਾਈਬਲ ਲੈ ਕੇ ਕਿਸੇ ਦੇ ਪਿੱਛੇ ਤੁਰੇ ਫਿਰੋ, ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਪਿੱਛਾ ਕਰੀ ਜਾਓ, ਜੋ ਮਰਜ਼ੀ ਕਰੀ ਜਾਓ, ਜਦ ਤੱਕ ਪਰਮੇਸ਼ਵਰ ਕਿਸੇ ਨੂੰ ਨਾ ਸੰਭਾਲੇ, ਕਿਸੇ ਦਾ ਦਿਲ ਪਰਮੇਸ਼ਵਰ ਦੇ ਕਾਬੂ ਚ ਨਾ ਆਵੇ। ਆਮੇਨ। ਪੌਲੁਸ ਕਹਿੰਦਾ ਉਹਨੇ ਮੈਨੂੰ ਹੱਥ ਪਾ ਲਿਆ ਆ। ਜਦੋਂ ਪਰਮੇਸ਼ਵਰ ਕਿਸੇ ਨੂੰ ਹੱਥ ਪਾ ਲੇ, ਪਰਮੇਸ਼ਵਰ ਉਹਨੂੰ ਗਾਈਡ ਕਰਦਾ ਆ, ਉਹਦੀ ਮਦਦ ਕਰਦਾ ਆ। ਹਾਲੇਲੂਯਾ, ਧੰਨਵਾਦ ਹੋਵੇ। ਦੁਆ ਕਰੋ ਕਿ ਪ੍ਰਭੂ ਸਾਨੂੰ ਹੱਥ ਪਾਵੇ। ਜਦੋਂ ਉਹ ਹੱਥ ਪਾ ਲੈਂਦਾ ਆ ਤੇ ਫਿਰ ਉਹਦੇ ਕੋਲੋਂ ਕੋਈ ਛੁਡਾ ਨਹੀਂ ਸਕਦਾ। ਉਹਦਾ ਹੱਥ ਫੜਨ ਦੀ ਕੋਸ਼ਿਸ਼ ਨਾ ਕਰੋ। ਜਦੋਂ ਭੀੜ ਦਾ ਧੱਕਾ ਵੱਜਾ ਛੁੱਟ ਜਾਣਾ ਜੇ, ਆਖੋ ਪ੍ਰਭੂ ਮੇਰੇ ਕੋਲ ਨਹੀਂ ਫੜਿਆ ਜਾਣਾ ਤੇਰਾ ਹੱਥ, ਮੇਰਾ ਹੱਥ ਤੂੰ ਫੜ ਲੈ, ਤਾਂ ਕਿ ਕਿੰਨੇ ਵੀ ਧੱਕੇ ਵੱਜਣ, ਕਿੰਨੀਆਂ ਵੀ ਹਨੇਰੀਆਂ ਆਉਣ, ਕਦੇ ਮੇਰਾ ਹੱਥ ਛੁੱਟ ਨਹੀਂ ਸਕਦਾ, ਕਿਉਂਕਿ ਮੈਂ ਫੜਿਆ ਨਹੀਂ ਹੱਥ, ਮੇਰਾ ਪ੍ਰਭੂ ਨੇ ਹੱਥ ਫੜਿਆ ਆ। ਆਮੇਨ, ਹਾਲੇਲੂਯਾ, ਆਮੇਨ। ਉੱਥੇ ਕੋਈ ਵਿਚੋਲਾ ਨਹੀਂ ਸੀ, ਬਦੀ ਇੰਨੀ ਵੱਧ ਗਈ ਸੀ, ਕੋਈ ਪਰਮੇਸ਼ਵਰ ਦੀ ਗੱਲ ਨਹੀਂ ਸੀ ਕਰ ਰਿਹਾ, ਕੋਈ ਸੰਦੇਸ਼ ਦੀ ਗੱਲ ਨਹੀਂ ਸੀ ਕਰ ਰਿਹਾ, ਸਭ ਆਪਣੀਆਂ ਕੰਮਾਂ ਧੰਦਾਂ ਦੇ ਵਿੱਚ ਖੁੱਬੇ ਹੋਏ ਸਨ, ਔਰ ਜੁਦਾਈ ਪੈ ਗਈ ਸੀ। ਬਦੀ ਦਾ ਮਤਲਬ ਵਿਵਚਾਰ ਨਹੀਂ ਹੁੰਦਾ ਇਕੱਲਾ, ਬਦੀ ਦਾ ਮਤਲਬ ਲਾਪਰਵਾਹੀ ਵੀ ਹੁੰਦਾ ਆ, ਇਹ ਵੀ ਬਦੀ ਆ। ਜਦੋਂ ਅਸੀਂ ਕਰ ਸਕਦੇ ਹਾਂ ਤੇ ਨਹੀਂ ਕਰਦੇ, ਇਹ ਵੀ ਬਦੀ ਆ। ਜਦੋਂ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ, ਸਾਡੇ ਕੋਲ ਟਾਈਮ ਹੈਗਾ ਆ, ਤੇ ਨਹੀਂ ਕਰਦੇ, ਇਹ ਵੀ ਬਦੀ ਆ। ਲਿਖਿਆ ਕਿ ਕਿਉਂ ਪਰਮੇਸ਼ਵਰ ਸੁਣ ਨਹੀਂ ਸੀ ਰਿਹਾ, ਸੁਣਦਾ ਹੋਇਆ ਵੀ ਨਹੀਂ ਸੀ ਸੁਣ ਰਿਹਾ, ਵੇਖਦਾ ਹੋਇਆ ਵੀ ਨਹੀਂ ਸੀ ਵੇਖ ਰਿਹਾ, ਔਰ ਹੱਥ ਉਹਦਾ ਵੱਡਾ ਸੀ, ਉਹਦਾ ਬਲਵਾਨ ਹੱਥ ਬਚਾ ਕਿਉਂ ਨਹੀਂ ਸੀ ਰਿਹਾ? ਦਾਨ ਵੀ ਦੇ ਰਹੇ ਸੀ, ਆਮੇਨ, ਮੀਟਿੰਗ ਦੀਆਂ ਸਲਾਮਾਂ ਵੀ ਕਰ ਰਹੇ ਸੀ, ਪਰ ਪਾਪ ਉੱਥੇ ਦਾ ਓਕੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਮੈਨੂੰ ਤੁਹਾਡੇ ਪਰਬਾਂ ਤੋਂ, ਤੁਹਾਡੇ ਜੋੜ ਮੇਲਿਆਂ ਤੋਂ, ਤੁਹਾਡੀਆਂ ਸਲਾਨਾ ਕਨਵੈਨਸ਼ਨਾਂ ਤੋਂ ਨਫ਼ਰਤ ਹੈ। ਕਲਾਮ ਚ ਲਿਖਿਆ ਆਪਣੇ ਗੀਤਾਂ ਦਾ ਰੌਲਾ ਮੇਰੇ ਤੋਂ ਕੀ ਕਰ, ਦੂਰ ਕਰ। ਇਹ ਕੀ ਗੱਲ ਹੈ? ਜਿਹੜੀ ਪਰਮੇਸ਼ਵਰ ਨੇ ਚੀਜ਼ ਦਿੱਤੀ ਸਾਨੂੰ, ਜੋ ਪਰਮੇਸ਼ਵਰ ਨੂੰ ਕਦੇ ਪਸੰਦ ਸੀ, ਉਹ ਰੌਲਾ ਕਿਉਂ ਲੱਗਣ ਡੈ ਪੈਂਦੀ ਉਹਨੂੰ? ਕਿਉਂਕਿ ਉਹਦਾ ਉਦੇਸ਼ ਗਲਤ ਹੋ ਜਾਂਦਾ ਫਿਰ। ਜਦੋਂ ਤੁਸੀਂ ਕਿਸੇ ਚੀਜ਼ ਦਾ ਉਦੇਸ਼ ਗਲਤ ਕਰਦੇ ਹੋ,
जो तुसी अपने गाउन विच किसी दा अपना उद्देश गलत कर लैंदे हो, जो तुसी दान देन च गलत उद्देश करदे हो, जो तुसी उहदी भगती करदे करदे अपना उद्देश कुछ होर करन लग पैंदे हो, ते परमेश्वर नूं ओही तुहाडा काम जिहड़ा कदे चंगा लगदा सी ओही बुरा लगण लग पैंदा है। ओके, इस करके थोड़ा करो पर जिंदगी दे नाल करो। जिंदगी जीनी बड़ी औखी है। वचन मैं अज ही प्रचार कर रहा सी, तुसी किसे भी स्टाल तो बाइबल ले सकते हो, तुसी पैसे खर्च के ले सकते हो, तुसी उहदी जिल्द जिहड़ी आ बहुत सोहणी बनवा सकते हो सकदा सारी संगत तुहाडे कोल, सारी संगति चो तुहाडे कोल ही सब तो सोहणी बाइबल होवे, लेकिन बाइबल हाथ विच फड़न दा मतलब ए नहीं कि असी बदकार नहीं गए। तुहाडे कोल बाइबल ना होवे तुसी अनपढ़ भी होवो, प्रभु नूं इह चंगा लगदा है, ना भी तुहाडे कोल होवे पर परमेश्वर नूं चंगा लगदा कि तुहाडा दिल सही होना चाहिए। हालेलुया, आमेन। ओ याद रखो, कोई भी इस योग ना निकलिया। प्रकाश दी पोथी 5 बाब च लिखिया, योना कहिंदा मैं सिंघासन ते एक पोथी नूं वेख्या जो 7 मोहरां नाल बंद सी, और कहिंदा उहनूं छूणा ते की कोई वेख भी नहीं सी सकदा, इन्नी पवित्र सी। मतलब लोग पोथी नालों टुटे सन, लोग छुटकारे नालों टुटे सन, लेकिन योना रोन लगा कि ना स्वर्ग विच ना धरती विच ना इधर ना उधर कोई ना निकलिया, पर योना नूं एक आवाज आई, उहने कहा इस पोथी नूं लैण ते इहदियां मोहरां तोड़न दे, जो कोई निकल आया है वो यहूदा दे गोत्र दा बब्बर शेर है। क्या ते इह गया सी कि बब्बर शेर आ, जदों यूहन्ना ने मुड़ के वेख्या वो लेला सी। हालेलुया, इस करके तुहानू लेला लेले ने पोथी दित्ती है, पर इहदा प्रचार लेले वांगू नहीं, इहदा प्रचार ते बब्बर शेर वांगू है। हालेलुया, आमेन। ओ छुटकारे दी पोथी उहदे बंद सी, कोई उस नूं लै नहीं सी सकदा। यूहन्ना रो रिहा आ कि मनुखा कोल छुटकारा जांदा रिहा, एहो ही ते छाया ने कहा 9:16 ਉਥੇ ਕੋਈ ਵੀ ਯੋਗ ਨਹੀਂ ਸੀ, ਉਥੇ ਕੋਈ ਵੀ ਨਹੀਂ ਸੀਗਾ ਜਿਹੜਾ ਜਿਹੜਾ ਇਹਨਾਂ ਟੁੱਟੇ ਲੋਕਾਂ ਨੂੰ, ਜਿਹੜਾ ਇਸ ਖੱਟ ਨੂੰ ਭਰ ਸਕੇ, ਜਿਹੜਾ ਇਸ ਜੁਦਾਈ ਨੂੰ ਦੂਰ ਕਰ ਸਕੇ, ਕੋਈ ਵੀ ਵਿਚੋਲਾ ਨਹੀਂ ਸੀ। ਹੰਦ ਉੱਤੇ ਪਰਮੇਸ਼ਰ ਆਪ ਦੇ ਤਾਰੀ ਹੋਇਆ। ਹਾਲੇਲੂਇਆ, ਜਿਸ਼ਾਇਆ ਮੇਲ ਕਰਾ ਨਹੀਂ ਸਕਿਆ, ਮੂਸਾ ਮੇਲ ਕਰਾ ਨਹੀਂ ਸਕਿਆ, ਔਰ ਦਾਨੀਅਲ ਮੇਲ ਕਰਾ ਨਹੀਂ ਸਕਿਆ, ਕਿਉਂਕਿ ਭਾਵੇਂ ਉਹ ਨਬੀ ਸੀ ਪਰ ਸਾਰੇ ਪਾਪ ਤੋਂ ਪੈਦਾ ਹੋਏ, ਪ੍ਰਭੂ ਯਿਸੂ ਮਸੀਹ ਵਚਨ ਤੋਂ ਪੈਦਾ ਹੋਇਆ। ਇਸ ਕਰਕੇ ਉਹੀ ਸੇਵਕ, ਉਹੀ ਵਿਸ਼ਵਾਸੀ ਪ੍ਰਭੂ ਨਾਲ ਤੁਹਾਡਾ ਮੇਲ ਕਰਾ ਸਕਦਾ ਆ, ਜਿਹੜਾ ਕਿਸੇ ਸੰਸਥਾ ਤੋਂ ਪੈਦਾ ਨਾ ਹੋਇਆ ਹੋਵੇ, ਜਿਹੜਾ ਕੈਥੋਲਿਕ ਤੋਂ ਪੈਦਾ ਨਾ ਹੋਇਆ ਹੋਵੇ, ਜਿਹੜਾ ਨਰੂਲੇ ਤੋਂ ਪੈਦਾ ਨਾ ਹੋਇਆ ਹੋਵੇ, ਬਲਜਿੰਦਰ ਸਿੰਘ ਤੋਂ ਪੈਦਾ ਨਾ ਹੋਇਆ ਹੋਵੇ, ਜਿਹੜਾ ਵਿਲੀਅਮ ਬ੍ਰਾਨਮ ਤੋਂ ਪੈਦਾ ਨਾ ਹੋਇਆ ਹੋਵੇ, ਉਹ ਕਰਵਾ ਸਕਦਾ ਆ ਜਿਹੜਾ ਵਚਨ ਤੋਂ ਪੈਦਾ ਹੋਇਆ ਹੋਵੇ। ਆਮੇਨ, ਹਾਲੇਲੂਇਆ। ਵਚਨ ਤੋਂ ਪੈਦਾ ਹੋਇਆ ਵਚਨ ਦੀ ਗੱਲ ਕਰੇਗਾ। ਆਮੇਨ, ਕੈਥੋਲਿਕ ਕੈਥੋਲਿਕ ਦਾ ਪਹਿਰਾਵਾ ਦੱਸੇਗਾ, ਐਦਾਂ ਕਰੋ ਆਹ ਦੁਆ ਕਰੋ, CNI ਦੇ ਬੀਜ ਬੀਜੇਗਾ, ਔਰ ਜੋ ਬੀਜੇਗਾ ਉਹ ਉੱਗੇਗਾ। ਹਾਲੇਲੂਇਆ, ਪਰ ਜਿਸ ਦੇ ਅੰਦਰ ਵਚਨ ਬੀਜੋਗੇ ਉਹ ਵਚਨ ਬਣ ਜਾਏਗਾ। ਮਰੀਅਮ ਨੂੰ ਕਿਸੇ ਹੈਕਲ ਵਿੱਚੋਂ ਵਰਦਾਨ ਨਹੀਂ ਮਿਲਿਆ, ਉਹ ਹੈਕਲ ਚ ਨਹੀਂ ਗਈ, ਔਰ ਯਾਜਕ ਨੇ ਇਹ ਨਹੀਂ ਕਿਹਾ ਕਿ ਇੱਥੇ ਇੱਕ ਲੜਕੀ ਆ ਬੱਚਾ ਪੈਦਾ ਕਰੇਗੀ, ਏਦਾਂ ਹੋਇਆ ਹੀ ਨਹੀਂ। ਪਰ ਉਹਦੇ ਆਪਣੇ ਕੰਮਾਂ ਚ ਰੁੱਝੀ ਸੀ, ਉਹ ਇਸ ਲਈ ਪਵਿੱਤਰ ਨਹੀਂ ਸੀ ਕਿ ਮੈਂ ਮਸੀਹਾ ਨੂੰ ਜਨਮ ਦੇਣਾ, ਪਰ ਧੰਨਵਾਦ ਉਸ ਨੂੰ ਜਨਮ ਦੇਣ ਦੇ ਲਈ ਉਹਦੀ ਕੁੱਖ ਪਰਮੇਸ਼ਰ ਨੇ ਮਸਾ ਕੀਤੀ ਸੀ। ਪ੍ਰਭੂ ਦਾ ਧੰਨਵਾਦ, ਜਿਹੜੀਆਂ ਕੁੱਖਾਂ ਦਿਲ ਦੀਆਂ ਪਰਮੇਸ਼ਰ ਮਸਾ ਕਰਦਾ ਆ, ਉਹਨਾਂ ਗਵਾਈਆਂ ਦੇ ਰਾਹੀਂ, ਉਹਨਾਂ ਗੀਤਾਂ ਦੇ ਰਾਹੀਂ, ਉਹਨਾਂ ਪ੍ਰਚਾਰਾਂ ਦੇ ਰਾਹੀਂ ਪਰਮੇਸ਼ਰ ਛੁਟਕਾਰੇ ਦਾ ਕੰਮ ਕਰਦਾ ਹੈ। ਹਾਲੇਲੂਇਆ, ਧੰਨਵਾਦ ਹੋਵੇ। ਜਦੋਂ ਤੁਸੀਂ ਆਪਣੇ ਦਿਲ ਦੇ ਅੰਦਰ ਵਚਨ ਰੱਖਦੇ ਹੋ, ਤੁਸੀਂ ਆਪਣੇ ਸਮੇਂ ਦੇ ਮਸੀਹ ਬਣ ਜਾਂਦੇ ਹੋ, ਕਿਉਂਕਿ ਮਸੀਹ ਦੇ ਤਾਰੀ ਹੋਇਆ। ਅੱਜ ਉਸ ਨੂੰ 300 ਰੁਪਈਏ ਵਾਲੀ ਬਾਈਬਲ ਨਹੀਂ ਚਾਹੀਦੀ,
ਅਲੀਸ਼ਾ ਨੂੰ ਕੀ ਚਾਹੀਦਾ ਸੀ? ਏਲੀਆ ਉਹਨੇ ਜਦੋਂ ਚਾਦਰ ਫੜੀ ਉੱਪਰੋਂ, ਹੁਣ ਕਿਹਾ ਏਲੀਆ ਦਾ ਖੁਦਾ ਕਿੱਥੇ ਆ? We have not William Branham. We have not Billy Graham. ਤੁਹਾਨੂੰ ਪਾਸਟਰ ਅਮਾਨਤ ਨਹੀਂ ਚਾਹੀਦਾ, ਮੈਨੂੰ ਵੀ ਕੋਈ ਨਹੀਂ ਚਾਹੀਦਾ। ਮੈਂ ਕਹਿੰਦਾ ਉਹਨਾਂ ਦੇ ਰਾਹੀਂ ਜਿਹੜਾ ਬੋਲਿਆ ਆ ਮੈਨੂੰ ਉਹ ਚਾਹੀਦਾ ਹੈ। ਉਹਨੇ ਕਿਹਾ ਮੈਨੂੰ ਏਲੀਆ ਨਹੀਂ ਚਾਹੀਦਾ। ਉਹਨੇ ਚਾਦਰ ਫੜ ਕੇ ਕਿਹਾ ਏਲੀਆ ਦਾ ਖੁਦਾ ਕਿੱਥੇ ਆ? ਕਿਉਂਕਿ ਬੰਦਾ ਲਿਮਿਟ ਵਿੱਚ ਆ, ਪਰਮੇਸ਼ਰ ਅਨਲਿਮਿਟਡ ਆ, ਉਹ ਸਦਾ ਹਾਜ਼ਰ ਆ, ਉਹ ਕਦੀ ਮਿਟਾਇਆ ਨਹੀਂ ਜਾ ਸਕਦਾ। ਇਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਹੋਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ, ਮਨੁੱਖ ਸੀਨ ਤੋਂ ਜਾ ਸਕਦੇ ਆ, ਪਰਮੇਸ਼ਰ ਕਦੀ ਸੀਨ ਤੋਂ ਨਹੀਂ ਜਾ ਸਕਦਾ। ਆਮੇਨ। ਯਿਸੂ ਮਸੀਹ ਕੱਲ ਅੱਜ ਅਤੇ ਜੁਗੋ ਜੁਗ। ਹੱਥ ਉਠਾ ਕੇ ਬੋਲੋ ਹਾਲੇਲੂਯਾ। ਯਸ਼ਾਇਆ ਚੋਂ ਪੜਿਆ ਕਿ ਬਦੀਆਂ ਦੀ ਜੁਦਾਈ ਲਈ, ਜੁਦਾਈ ਦਾ ਮਤਲਬ ਹੈ ਮੇਲ ਕਰਾਉਣ, ਵਿਤਕਰਾ ਯਾਨੀ ਕਿ ਡਿਸਟੈਂਸ, ਵਿਛੋੜਾ, ਡਿਸਟੈਂਸ, ਦੂਰੀ ਪੈ ਗਈ ਪਾਪ ਦੀ ਵਜ੍ਹਾ ਨਾਲ, ਬਦੀਆਂ ਦੀ ਵਜ੍ਹਾ ਨਾਲ। ਇਹਦਾ ਮਤਲਬ ਪੁਆਇੰਟ ਨੋਟ ਕਰੋ, ਤੁਹਾਡੀ ਦੂਰੀ ਸਦਾ ਹੀ ਬਦੀ ਦੀ ਵਜ੍ਹਾ ਨਾਲ ਪੈਂਦੀ ਜੇ। ਬਦੀ ਦੀ ਵਜ੍ਹਾ ਪਰਮੇਸ਼ਰ ਸਭ ਸਹਾਰ ਸਕਦਾ ਹੈ। ਤੁਸੀਂ ਦਾਨ ਘੱਟ ਦੇ ਦਿਓ ਚੱਲ ਜੂਗਾ, ਸਭ ਕੁਛ ਘੱਟ ਕਰੋ ਚੱਲ ਜੂਗਾ। ਪਰਮੇਸ਼ਰ ਕਦੀ ਇੱਕੋ ਚੀਜ਼ ਨੂੰ ਕਦੀ ਉਹ ਬਰਦਾਸ਼ਤ ਨਹੀਂ ਕਰਦਾ, ਇੱਕੋ ਹੀ ਚੀਜ਼ ਆ ਬਦੀ। ਲਿਖਿਆ ਤੁਹਾਡੀਆਂ ਬਦੀਆਂ ਨੇ ਪਰਮੇਸ਼ਰ ਤੇ ਤੁਹਾਡੇ ਵਿੱਚ ਕੀ ਪਾ ਦਿੱਤੀ ਆ? ਜੁਦਾਈ ਪਾ ਦਿੱਤੀ ਆ। ਪਰਮੇਸ਼ਰ ਚਰਿੱਤਰ ਵਾਲਾ ਪਰਮੇਸ਼ਰ ਆ, ਉਹ ਕਰੈਕਟਰ ਵਾਲਾ ਪਰਮੇਸ਼ਰ ਆ। ਉਹਨੂੰ ਸਭ ਕੁਛ ਕੁਛ ਚੰਗਾ ਨਹੀਂ ਲੱਗਦਾ, ਫਿਰ ਬਾਅਦ ਵਿੱਚ ਜਦੋਂ ਤੁਸੀਂ ਅਣਆਗਿਆਕਾਰ ਹੋ ਜਾਂਦੇ ਹੋ, ਤੁਹਾਡਾ ਦਾਨ, ਤੁਹਾਡਾ ਚੰਦਾ, ਤੁਹਾਡਾ ਸਾਰਾ ਕੁਛ ਕਰਨਾ ਉਹ ਵਿਅਰਥ ਕਹਿ ਦਿੰਦਾ ਇਹਨੂੰ। ਇਸੇ ਤਾਂ ਗੱਲ ਨੇ ਯਿਸੂ, ਇਸੇ ਗੱਲ ਨੇ ਫਰੀਸੀਆਂ ਨੂੰ ਤੰਗ ਕੀਤਾ ਹੈ। ਯਿਸੂ ਮਸੀਹ ਨੇ ਕਿਹਾ ਤੁਸੀਂ ਵਿਅਰਥ ਮੇਰੀ ਕੀ ਕਰਦੇ ਹੋ? ਉਹ ਕਹਿਣ ਤੇ ਡਿਆ ਸੀ ਮੇਰੀ, ਉਹ ਫਿਰ ਵੀ ਨਹੀਂ ਸਮਝ ਲੱਗਣ ਡਿਆ ਵੀ ਉਹ ਮੇਰੀ ਕਹਿਣ ਡਿਆ ਵਾ, ਇਹੋ ਹੀ ਆ ਖੁਦਾ। ਜਦੋਂ ਕਿਸੇ ਪ੍ਰਚਾਰਕ ਦੇ ਦਿਲ 'ਚ ਤੁਹਾਡੇ ਪ੍ਰਤੀ ਕੋਈ ਗੱਲ ਆਉਂਦੀ ਹੈ, ਉਹ ਜਿੰਨਾ ਮਰਜ਼ੀ ਵਧੀਆ ਬੋਲੇ, ਜਿੰਨਾ ਮਰਜ਼ੀ ਸੌਖਾ ਪਵਿੱਤਰ ਆਤਮਾ ਉਹਦੇ ਰਾਹੀਂ ਕੰਮ ਕਰੇ, ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ, ਕਿਉਂਕਿ ਤੁਹਾਡੇ ਦਿਲ 'ਚ ਕੋਈ ਗੱਲ ਉਹਦੇ ਅੰਦਰ ਹੈਗੀ ਆ, ਉਹਦੇ ਪ੍ਰਤੀ ਕੋਈ ਚੱਲ ਰਿਹਾ ਆ, ਉਹ ਜੋ ਮਰਜ਼ੀ ਕਰਦੇ ਉਹਦੀ ਗੱਲ ਨਹੀਂ ਸਮਝ ਲੱਗਣੀ ਫਿਰ। ਇਸ ਲਈ ਆਪਣੇ ਸੇਵਕ ਦੇ ਪ੍ਰਤੀ ਸਦਾ ਹੀ ਕੁਛ ਨਾ ਰੱਖੋ। ਉਹ ਇੱਕ ਐਸਾ ਚੈਨਲ ਆ ਜਿਹਦੇ ਰਾਹੀਂ ਆਕਾਸ਼ ਬੰਦ ਵੀ ਹੋ ਜਾਂਦਾ, ਆਕਾਸ਼ ਖੁੱਲ ਵੀ ਜਾਂਦਾ। ਹਾਲੇਲੂਯਾ, ਆਮੇਨ, ਹਾਲੇਲੂਯਾ, ਧੰਨਵਾਦ ਹੋਵੇ। ਅਜ਼ੀਜ਼ੋ, ਆਦਮ ਪਰਮੇਸ਼ਵਰ ਦੇ ਨਾਲ ਇੱਕ ਜੁੱਟ ਸੀ, ਮਿਲਿਆ ਸੀ, ਪਰ ਕਿੰਨੇ ਬਦੀ ਪਾਈ, ਜੁਦਾਈ ਪਾਈ, ਕਿੰਨੇ ਜੁਦਾਈ ਪਾਈ ਬਦੀ ਨੇ। ਔਰ ਬਦੀ ਕਿਸੇ ਦੇ ਰਾਹੀਂ ਆਉਂਦੀ ਜੇ, ਤੁਹਾਡੇ ਦਿਲ 'ਚ ਇੱਦਾਂ ਬਦੀ ਨਹੀਂ ਆਉਣੀ। ਕੋਈ ਵੇ ਬਣਦਾ ਆ, ਕੋਈ ਰਾਹ ਬਣਦਾ ਆ, ਕੋਈ ਕਾਰਨ ਬਣਦਾ ਆ, ਇੱਦਾਂ ਹੀ ਦਿਲ ਖਰਾਬ ਨਹੀਂ ਗਾ, ਕੁਛ ਵੇਖਣ ਨਾਲ ਖਰਾਬ ਹੁੰਦਾ, ਕੁਛ ਸੁਣਨ ਨਾਲ ਖਰਾਬ ਹੁੰਦਾ, ਕੁਛ ਸੁਣਨ ਨਾਲ ਖਰਾਬ ਹੁੰਦਾ। ਇਸ ਕਰਕੇ ਸਾਡੀਆਂ ਗਿਆਨ ਇੰਦਰੀਆਂ ਸਦਾ ਇਸ ਸੰਗਤੀ 'ਚ ਲੱਗੀਆਂ ਰਹਿਣੀਆਂ ਚਾਹੀਦੀਆਂ। ਜਦੋਂ ਤੁਸੀਂ ਸੰਗਤੀ 'ਚ ਆਉਂਦੇ ਹੋ, ਜੇ ਕੋਈ ਤੁਹਾਨੂੰ ਸੋਹਣਾ ਟੱਕਰਦਾ ਆ, ਤੁਸੀਂ ਉਹਦੇ ਵੱਲ ਕਿਉਂ ਦੇਖਦੇ ਹੋ? ਤੁਸੀਂ ਕੀ ਦੇਖਣ ਆਏ ਹੋ? ਸਿਰਫ ਯਿਸੂ ਮਸੀਹ ਨੂੰ ਵੇਖੋ। ਜੇ ਤੁਸੀਂ ਅਜੇ ਵੀ ਫੈਸ਼ਨ ਤੱਕ ਰਹੇ, ਜੇ ਤੁਸੀਂ ਅਜੇ ਵੀ ਬੰਦੇ ਤੱਕ ਰਹੇ, ਤੇ ਫਿਰ ਤੁਸੀਂ ਬੰਦੇ ਤੱਕ ਰਹੋਗੇ, ਕਦੇ ਬੰਦੇ ਦੇ ਅੰਦਰੋਂ ਪਰਮੇਸ਼ਵਰ ਨੂੰ ਨਹੀਂ ਵੇਖ ਸਕਦੇ। ਹੋ ਸਕਦਾ ਤੁਸੀਂ ਫੈਸ਼ਨ ਕਰਕੇ ਤੁਹਾਡਾ ਦਿਲ ਖਰਾਬ ਹੋ ਜਾਏ, ਕਿਸੇ ਨੇ ਕਿੱਦਾਂ ਦੇ ਕੱਪੜੇ ਪਾਏ ਆ ਖਰਾਬ ਹੋ ਜਾਏ, ਲੇਕਿਨ ਇਹ ਤੇ ਤੁਹਾਡੇ ਲਈ ਚੈਲੰਜ ਆ। ਜਦੋਂ ਤੂੰ ਪਰਮੇਸ਼ਵਰ ਦੇ ਘਰ ਵਿੱਚ ਆਵੇਂ, ਆਪਣਾ ਪੈਰ, ਆਪਣੀ ਨਜ਼ਰ, ਆਪਣੀ ਜ਼ੁਬਾਨ, ਆਪਣੀਆਂ ਅੱਖਾਂ, ਆਪਣਾ ਸਾਰਾ ਕੁਝ ਚੌਕਸੀ ਨਾ ਰੱਖ।
क्योंकि रंग बिरंगे सीन आए जाते हैं सामने, तुसी लैके की जाते हो, बहुत सारे लोग संगतियां चो नंबर लैके चल जाते हैं। ओके और बहुत सारे कुछ होर लैके चले जाते हैं, संगति च सारा कुछ ही मिलता है, सोने भी मिलते हैं, काले भी मिलते हैं, मदरे भी मिलते, लंबे भी मिलते हैं, अनपढ़ भी मिलते, पढ़े लिखे भी मिलते हैं। ताई क्या कि संगति एक वो चीज है जिते बंदे नू चौकसी ना होना पैंदा। मूसा नू कहिंदा ओ मूसा जिथे तू खड़ा है जुत्ती ला के आ, क्योंकि धरती पवित्र है। प्रभु चाहुंदा ते ओ कहिंदा, ओदे मन च पा दिंदा भी चल इज्जड़ भी लैके तां नू जा। प्रभु चाहुंदा है भी इज्जड़ ने इहनू सुनने नहीं देना, है ना। इस करके संगति वो एक ऐसी जगह आ जो पैर रख दिता उदो ही डरना शुरू कर दो। सब तो खतरनाक जेड़ी जगह हुंदी आ वो संगति आ। इथो बंदा लैन आया कुछ होर हुंदा ते लैके कुछ कड़ी नहीं चंगी बनी, आलू पा लेंदे नहीं पैसे ते मैनू दस देंदे। तुसीं लैन की आए जे, लैन कुछ होर आए जे ते नाल कह देंदे आ भैन जी डोलू भी दियो, हद हो गई। एक पासे वचन सुनिया नाले डोलू लभ रहे नाले लफाफा। जदों तू संगति चावे पैर, जदों संगति दी कोई चीज वध जाए ते खुशी नाल मिले उहदे लई धन्नवाद करो ते तक ना रखो। तक नहीं रखनी, खुशी नाल कोई दवे धन्नवाद, क्योंकि चीज खाने वाली है वधनी नहीं चाहिदी, खराब हो जाती है। पर जे तक ही रखनी है तैनू किन्नी मिली, दो कड़छियां ले किन्ने समझे। एहो ते चीज आ जिन्ने साडे च ते बरकतां च किस वेले जुदाई पाई है, इहनू कढ़णा है। हालेलुया, आउणा खुशी खुशी, खुदा तेरा सेवक बोले ते जदों सेवक बोल पिया आउणा हौली हौली पौड़ियां तों ते जाना बड़ी तेज। किन्ने समझण दे, एहो ही चीज आ किस वेले आई आई बरकत भी गवा लैने। समझ लग गई, जब तू प्रभु दे घर विच आवे ते पैर किदा रख, ए नहीं गा भी पैरां दे बारे बोलिया वा, मतलब पैरां दा मतलब है कदे उखड़ ना जाई। बंदा खड़ा करते रहिंदा आवे कदे पैरों ही ना उखड़ जी। ओए काके किधर चलिया, इधर बैठ थले बैठ। हालेलुया, पैर किदा रख, मतलब वेख्या अखा ने होवे, अखा ने वेख्या होवे पी ओ दूर आ चीज ते लैके अखा नू कौन जाऊगा उत्थों तक। ते जे दिल च कुछ गलत आ गई आ चीज ते फिर कौन किहदा कसूर ज्यादा, सब तो बॉडी च ज्यादा कसूर किहदा हुंदा, पैरां दा। तां कहिंदा भी बाकी सारिया की गल छड्ड आपे ठीक हो जू, पर पैर संभल के रख। किन्ने समझण दे, हालेलुया आमीन। इस करके पैर संभलने आ उना दिनां च बदियां ने पापा ने जुदाई पाई सी, चाहिदा सी कोई पवित्र। वचन दे तारी होया और उस वचन ने सब बदियां दी खड जेड़ियां अपना लहू बहा के भर दित्ती और परमेश्वर ते मनुखां च इक्को एक विचोला खड़ा होया। जज अपनी कुर्सी तो उठिया ते आप वकील बन गया, उन्हें मुजरम नू बचा लिया। हालेलुया, मैं एक गीत पिछे जे लिखिया, हो यीशु मेरा मुकदमा लड़ी, मेरा जज ते वकील बन के,
हो मेरे नाल तू आके खड़ी मेरा जज ते वकील बनके। हालेलुया। जदो उन्हां बदियां सी जो मनुख मर रहा सी मनुख व्यवस्था दे उत्ते चल रहा सी फिर भी उहदे दिल च पाप सीगा लिखता पूरियां कर रहा सी संदेश रोज पढ़ रहा सी संदेश दा प्रचार कर रहा सी फिर भी उहदे दिल च बदी सी और जरूर फिर कोई आया जिदा दिल भी साफ सी जिहड़ा व्यवस्था विच भी पूरा सी जिहड़ा चरित्र विच भी पूरा सी वचन देहधारी होया और उस वचन ने वचन नू फिर जन्म दिता। आमीन। प्रभु दा धन्नवाद साडे दिनां च वचन आया संदेश आया और संदेश ने साडे चरित्र खोल के रख दिते। वचन संदेश एडी वड्डी रोशनी है इहदे कोलों दुआ वाला गीता वाला प्रचार वाला जिहड़ा मर्जी होए कोई नहीं जे बच सकदा। इह संदेश लाड़ी नू तैयार कर रहा है और लाड़ी जिहड़ी आ ਉਹ ਵਚਨ ਹੋਏਗੀ ਵਚਨ ਦਾ ਇੱਕ ਟੁਕੜਾ ਉੱਤੇ ਆ ਇੱਕ ਟੁਕੜਾ ਜ਼ਮੀਨ ਤੇ ਆ ਜਦ ਤੱਕ ਦੋਵੇਂ ਟੁਕੜੇ ਮਿਲ ਨਹੀਂ ਜਾਂਦੇ ਤਦ ਤੱਕ ਰੈਪਚਰ ਨਹੀਂ ਆ। ਇਸ ਕਰਕੇ ਵਚਨ ਦਾਨਾ ਦਸਵੰਦਾ ਦੀ ਨਹੀਂ ਇਹਨਾਂ ਦਿਨਾਂ ਚ ਵਚਨ ਚਰਿੱਤਰ ਦੀ ਮੰਗ ਕਰਦਾ ਹੈ। ਪ੍ਰਭੂ ਨੇ ਚਾਹਿਆ ਇਸ ਸੰਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ। ਗੋਡ ਬਲੈਸ ਯੂ। ਪ੍ਰਭੂ ਤੁਹਾਨੂੰ ਬਹੁਤ ਆਸ਼ੀਸ਼ ਦੇ। ਆਮੇਨ। ਹਾਲੇਲੂਯਾ।